ਚੀਨ ਤੋਂ ਨਿਕਲਿਆ ਕੋਰੋਨਾ ਵਾਇਰਸ ਪੂਰੀ ਦੁਨੀਆ ਦੇ ਵਿੱਚ ਆਪਣਾ ਕਹਿਰ ਬਰਸਾ ਰਿਹਾ ਹੈ। ਭਾਰਤ ਵੀ ਇਸ ਨੂੰ ਲੈ ਕੇ ਚਿੰਤਾ ਵਿੱਚ ਹੈ। ਪੰਜਾਬ ਦੇ ਵਿੱਚ ਕਰਫਿਊ ਲੱਗਾ ਹੋਇਆ ਹੈ ਅਤੇ ਇਸ ਦੀ ਮਿਆਦ ਨੂੰ 1 ਮਈ ਤੱਕ ਵਧਾ ਦਿੱਤਾ ਗਿਆ ਹੈ। ਜ਼ਿਕਰੇ ਖਾਸ ਹੈ ਕਿ ਦੁਨੀਆ ਨੂੰ ਇਸ ਪ੍ਰਕੋਪ ਤੋਂ ਬਚਾਉਣ ਦੇ ਲਈ ਹਰ ਕੋਈ ਅੱਗੇ ਆ ਰਿਹਾ। ਉੱਥੇ ਇਸ ਵੇਲੇ ਸੰਗਰੂਰ ਦੇ ਇੱਕ ਵਿਅਕਤੀ ਅਸ਼ੋਕ ਨੇ ਆਪਣੇ ਪੁੱਤਰ ਦੇ ਨਾਲ ਮਿਲ ਕੇ ਇੱਕ ਸੈਨੇਟਾਈਜ਼ਰ ਮਸ਼ੀਨ ਬਣਾ ਦਿੱਤੀ ਹੈ, ਜਿਸ ਦੀ ਲਾਗਤ 25 ਤੋਂ 30 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਅਤੇ ਇਸ ਮਸ਼ੀਨ ਦਾ ਕੰਮ ਮੁਹੱਲੇ ਨੂੰ ਸੈਨੇਟਾਈਜ਼ ਕਰਨ ਦੇ ਲਈ ਕੀਤਾ ਜਾਵੇਗਾ। ਜ਼ਿਕਰੇ ਖਾਸ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਉਹਨਾਂ ਨੂੰ ਮਨਜ਼ੂਰੀ ਦੇਵੇ ਤਾਂ ਉਹ ਅਜਿਹੀਆਂ ਹੋਰ ਵੀ ਮਸ਼ੀਨਾਂ ਬਣਾ ਸਕਦੇ ਨੇ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਜਿਸ ਤਰ੍ਹਾਂ ਬਹੁਤ ਹੀ ਦੂਜੀਆਂ ਕੰਟਰੀਆਂ ਦੇ ਵਿੱਚ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਅਤੇ ਹਰ ਨਾਕੇ ਬੰਦ ਹੋ ਰਹੇ ਨੇ, ਨਾਕਿਆਂ ਦੇ ਉੱਤੇ ਸੈਨੀਟਾਈਜ਼ਰ ਮਸ਼ੀਨ ਦੀ ਲੋੜ ਹੈ, ਤਾਂ ਮੇਰੇ ਦਿਮਾਗ ਦਾ ਆਈਡੀਆ ਸੀਗਾ ਕਿ ਮੈਂ ਇਸ ਨੂੰ ਬੜੇ ਸ਼ਾਰਟ ਟਾਈਮ ਦੇ ਵਿੱਚ ਬੜੇ ਛੋਟੇ ਥੋੜ੍ਹੇ ਪੈਸਿਆਂ ਦੇ ਵਿੱਚ ਇਸ ਨੂੰ ਮੈਂ ਬਣਾ ਸਕਦਾ। ਮੈਂ ਔਰ ਮੇਰੇ ਬੇਟੇ ਨੇ ਨਿਤਿਸ਼ ਗੋਇਲ ਨੇ, ਮੈਂ ਅਸ਼ੋਕ ਕੁਮਾਰ ਗੋਇਲ ਅਤੇ ਮੇਰਾ ਬੇਟਾ ਨਿਤਿਸ਼ ਕੁਮਾਰ ਗੋਇਲ ਅਤੇ ਪਰਿਵਾਰ ਦੀ ਸਹਾਇਤਾ ਨਾਲ ਮੈਂ ਇਹ ਮਸ਼ੀਨ ਨੂੰ 3 ਦਿਨਾਂ ਦੇ ਵਿੱਚ ਅਸੈਂਬਲ ਕੀਤਾ। ਇਹ ਕੀ ਹੈ, ਮਤਲਬ ਕੀ ਸਾਰਾ ਕੁਝ ਹੈ ਜਿਹੜਾ ਐਡ ਕਰਕੇ ਤੁਸੀਂ ਕਰਿਆ, ਲਾਗਤ ਕਿੰਨੀ ਹੋਈ ਹੈ? ਇਸ ਦੀ ਲਾਗਤ ਸਰ ਇਹ 25 ਤੋਂ 30 ਹਜ਼ਾਰ ਰੁਪਏ ਦੇ ਵਿੱਚ, ਜਿਸ ਤਰ੍ਹਾਂ ਦੀ ਮਸ਼ੀਨ ਮਾਰਕੀਟ ਦੇ ਵਿੱਚ ਬਹੁਤ ਉੱਚੇ ਦਾਮਾਂ 'ਤੇ ਮਿਲਦੀ ਹੈ, ਮਹਿੰਗੇ ਭਾਅ ਦੇ ਵਿੱਚ ਮਿਲਦੀ ਹੈ, ਮੈਂ ਉਸ ਮਸ਼ੀਨ ਨੂੰ 25 ਤੋਂ 30 ਹਜ਼ਾਰ ਰੁਪਏ ਦੇ ਵਿੱਚ ਕੰਪਲੀਟ ਬਣਾਈ ਹੈ। ਮੈਂ ਚਾਹੁੰਦਾ ਕਿ ਪ੍ਰਸ਼ਾਸਨ ਇਸ ਨੂੰ ਮੈਨੂੰ ਅੱਗੇ ਨੂੰ ਆਰਡਰ ਦੇਵੇ, ਮੈਂ ਇਸ ਨੂੰ ਬਿਨਾਂ ਲੋਸ ਪ੍ਰੋਫਿਟ ਤੋਂ 25-30 ਹਜ਼ਾਰ ਦੇ ਵਿੱਚ ਹੀ ਜਗ੍ਹਾ ਜਗ੍ਹਾ 'ਤੇ ਲਾਉਣ ਦਾ ਮੈਂ ਵਾਅਦਾ ਕਰਦਾ। ਮਹੱਲੇ ਦੇ ਲਈ ਬਣਾਈ ਹੈ ਫਿਲਹਾਲ ਜਾਂ ਅੱਗੇ ਹੁਣ ਪ੍ਰਸ਼ਾਸਨ? ਨਹੀਂ, ਇਹ ਇੱਕ ਡੈਮੋ ਤਿਆਰ ਕੀਤਾ ਜੀ, ਇਹ ਇੱਕ ਡੈਮੋ ਤਿਆਰ ਕੀਤਾ ਹੈਗਾ ਜਿਹੜਾ ਕਿ ਜਿਸ ਨੂੰ ਵੀ ਪਸੰਦ ਆਏਗਾ, ਅਗਰ ਮੈਨੂੰ ਕੋਈ ਆਰਡਰ ਆਉਂਦਾ ਤਾਂ ਮੈਂ ਹੋਰ ਨੋ ਲੋਸ ਨੋ ਪ੍ਰੋਫਿਟ 'ਤੇ ਬਣਾ ਕੇ ਦੇਵਾਂਗਾ। ਫਿਲਹਾਲ ਆਪਣੇ ਮੁਹੱਲੇ ਦੇ ਲੋਕਾਂ ਦੇ ਲਈ ਇਸ ਨੂੰ ਸਹੂਲਤ ਜਾਰੀ ਰੱਖੋਗੇ ਜਾਂ ਕਿਵੇਂ ਰਹੇਗਾ ਅੱਗੇ? ਨਹੀਂ, ਇਹ ਫਿਲਹਾਲ ਡੈਮੋ ਹੈ ਜੀ, ਅਸੀਂ ਇਹਨੂੰ ਇੰਸਟਾਲ ਕਰਕੇ ਚਲਾ ਕੇ ਦੇਖਿਆ। ਅਗਰ ਪ੍ਰਸ਼ਾਸਨ ਹੁਕਮ ਦੇਗਾ ਤਾਂ ਇਸ ਨੂੰ ਜਿੱਥੇ ਵੀ ਕਹਿਣਗੇ ਅਸੀਂ ਉੱਥੇ ਇੰਸਟਾਲ ਕਰਵਾ ਲਾਂਗੇ। ਮਹੱਲੇ ਵਾਲਾ ਪਰਾਲਾ ਤਾਂ ਇਹ ਹੈ ਜੀ ਵੀ ਜਿਹੜੀ ਇਹ ਬਿਮਾਰੀ ਹੈ ਇਹ ਬਹੁਤ ਹੀ ਘਾਤਕ ਬਿਮਾਰੀ ਹੈ, ਉਸ ਦੇ ਵਾਸਤੇ ਉਪਰਾਲਾ ਕਰਨ ਦੇ ਵਿੱਚ ਅਸੀਂ ਦੇਖਿਆ ਵੀ ਜਿਹੜੀਆਂ ਬਾਹਰਲੀਆਂ ਮਸ਼ੀਨਾਂ ਨੇ ਉਹ ਬਹੁਤ ਹੀ ਕੋਸਟਲੀ ਨੇ। ਆਪਣੇ ਹਿੰਦੁਸਤਾਨ ਦੇ ਵਿੱਚ ਵੀ ਭਾਰੀ ਜਿਹੜੀ ਮਸ਼ੀਨ ਆਈ ਹੈ ਉਹ ਉਸ ਨੂੰ ਅਫੋਰਡ ਕਰਨਾ ਬਹੁਤ ਔਖਾ ਹੈ। ਅਸੀਂ ਉਸ ਉਪਰਾਲੇ ਨੂੰ ਦੇਖਦੇ ਹੋਏ ਇਹਨੂੰ ਧਿਆਨ ਵਿੱਚ ਰੱਖ ਕੇ ਸਸਤੀ ਦੇ ਹਰ ਪੱਖੋਂ ਉਸ ਨੂੰ ਬਿਮਾਰੀ ਪੱਖੋਂ ਵੀ ਪਬਲਿਕ ਦਾ ਗਰੀਬ ਵੱਡੇ ਦਾ ਹਰ ਇੱਕ ਬੰਦੇ ਦਾ ਫਾਇਦਾ ਵੀ ਹੋਵੇ। ਤੁਹਾਡੇ ਮੁਹੱਲੇ ਦੇ ਵਿੱਚ ਮੁਹੱਲਾ ਨਿਵਾਸੀ ਨੇ ਇਹ ਕਦਮ ਚੁੱਕਿਆ ਹੈਗਾ, ਕੀ ਸਮਝਦੇ ਹੋ ਵੀ ਕਿੰਨਾ ਵਧੀਆ ਰਹੂਗਾ ਅਤੇ ਅੱਗੇ ਕਾਰਗਰ ਸਮਝਦੇ ਹੋ? ਕਾਰਗਰ ਤਾਂ ਇਹ ਹੈ ਜੀ, ਇਹ ਬਹੁਤ ਹੀ ਅੱਛਾ ਰਹੇਗਾ। ਕੋਈ ਪਿੰਡਾਂ ਦੇ ਸਕੂਲ 'ਚ ਨੇ ਜਾਂ ਕਿਤੇ ਹੋਰ ਹੈ, ਆਪਣੇ ਨਾਕਿਆਂ 'ਤੇ ਹੈ, ਕਿਸੇ ਆਫਿਸ ਦੇ ਅੱਗੇ ਲਾਉਣਾ ਹੈ, ਤਾਂ ਰੇਟ ਦੇ ਹਿਸਾਬ ਨਾਲ ਵੀ ਆਉਣ ਵਾਲੇ ਸਮੇਂ ਦੇ ਬਿਮਾਰੀ ਦੇ ਹਿਸਾਬ ਨਾਲ ਹੀ ਬਹੁਤ ਹੀ ਅੱਛਾ ਕਦਮ ਹੈ। ਪ੍ਰਸ਼ਾਸਨ ਨੂੰ ਮੰਗ ਕਰਦੇ ਹੋ ਵੀ? ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਸਾਨੂੰ ਸਹਿਯੋਗ ਦੇ ਕੇ ਜੇ ਜਿੱਥੇ ਕਹਿਣਗੇ ਡੈਮੋ ਵੀ ਲਵਾਵਾਂਗੇ। ਉਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਇਸ ਦੌਰਾਨ ਮੁਹੱਲੇ ਤੋਂ ਲੰਘਦੇ ਹੋਏ ਇਸ ਮਸ਼ੀਨ ਦਾ ਜਾਇਜ਼ਾ ਲੈਂਦੇ ਹੋਏ ਦਿਖੇ। ਜ਼ਿਕਰੇ ਖਾਸ ਹੈ ਕਿ ਉਹਨਾਂ ਨੇ ਇਸ ਮਸ਼ੀਨ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਕੋਰੋਨਾ ਦੇ ਚਲਦੇ ਉਹਨਾਂ ਦੇ ਵੱਲੋਂ ਜਿਹੜਾ ਪ੍ਰੋਜੈਕਟ ਬਣਾਇਆ ਗਿਆ ਹੈ ਉਹ ਕਾਮਯਾਬ ਸਿੱਧ ਹੋਵੇਗਾ। ਅਤੇ ਜੋ ਇਹ ਗੋਇਲ ਪਰਿਵਾਰ ਮੁਹੱਲੇ ਵਾਲਿਆਂ ਨੇ ਰਲ ਕੇ ਸਲਾਹਕਾਰ ਜੋ ਕੰਮ ਕੀਤਾ ਹੈ, ਇੱਕ ਉਦਾਹਰਣ ਵਾਲਾ ਕੰਮ ਪੇਸ਼ ਕੀਤਾ ਸਰੂਰ ਸ਼ਹਿਰ 'ਚ ਇਹਨਾਂ ਨੇ। ਅਸੀਂ ਹੋਰ ਮੁਹੱਲਿਆਂ ਜਾਵਾਂਗੇ, ਉਹਨਾਂ ਨੂੰ ਵੀ ਇਨਕਰੇਜ ਕਰਾਂਗੇ ਵੀ ਫਲਾਣੇ ਮੁਹੱਲੇ ਵਾਲਿਆਂ ਨੇ ਇੰਨਾ ਸੋਹਣਾ ਪਬਲਿਕ ਵਾਸਤੇ ਕੰਮ ਕੀਤਾ ਜੀ, ਸੈਨੇਟਾਈਜ਼ ਕਰਦੇ ਆ, ਲੰਘਣ ਵਾਲਿਆਂ ਨੂੰ ਕੋਈ ਵੀ ਰਾਹਗੀਰ ਜਾਂਦਾ ਸੈਨੇਟਾਈਜ਼ ਕਰਦੇ ਆ, ਅਤੇ ਇਸ ਵਾਸਤੇ ਇਹ ਵਧਾਈ ਦੇ ਪਾਤਰ ਨੇ। ਮੈਂ ਬਹੁਤ ਬਹੁਤ ਮੁਬਾਰਕ ਦਿੰਦਾ ਇਸ ਮੁਹੱਲੇ ਵਾਲੇ। ਅਸੀਂ ਆਪਦੇ ਸੀਨੀਅਰ ਅਫਸਰਾਂ ਨਾਲ ਗੱਲ ਕਰਾਂਗੇ, ਬਟ ਪਬਲਿਕ ਨੂੰ ਅਵੇਅਰ ਕਰਾਂਗੇ ਅਸੀਂ ਇਸ ਬਾਰੇ ਵੀ ਆਪਦੇ ਤੌਰ 'ਤੇ ਜੇ ਪਬਲਿਕ ਵੀ ਸੈਨੇਟਾਈਜ਼ ਦਾ ਇੱਦਾਂ ਦਾ ਹੀ ਪ੍ਰੋਗਰਾਮ ਕੋਈ ਉਪਰਾਲਾ ਕਰ ਸਕੇ। ਸੰਗਰੂਰ ਤੋਂ ਟੌਨੀ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।